ਦੋਸਤੋ 10ਵੀਂ ਅਤੇ 12ਵੀਂ ਕਲਾਸ ਦਾ ਰਿਜ਼ਲਟ ਆਇਆ ਸੀ ਅਕਤੂਬਰ 2020 ਵਿੱਚ, ਅਤੇ ਜਿਹੜੇ ਮੇਰੇ ਵੀਰ ਰੀਵੈਲੂਏਸ਼ਨ ਜਾਂ ਰੀਚੈਕਿੰਗ ਭਰਨਾ ਚਾਹੁੰਦੇ ਆਪਣੇ ਪੇਪਰ ਨੂੰ, ਉਹਨਾਂ ਵਾਸਤੇ ਖੁਸ਼ਖਬਰੀ ਹੈ ਅਤੇ ਉਸਦੀ ਡੇਟ ਹੈ ਜਿਹੜੀ ਕਿ ਉਹ ਥੋੜ੍ਹੀ ਐਕਸਪੈਂਡ ਕਰ ਦਿੱਤੀ ਗਈ ਹੈ। ਮਤਲਬ ਅੱਜ ਤੋਂ ਲੈ ਕੇ ਇੱਕ ਹਫ਼ਤਾ ਹੋਰ ਹੈ ਤੁਹਾਡੇ ਕੋਲ, ਤੁਸੀਂ ਰੀਵੈਲੂਏਸ਼ਨ ਜਾਂ ਰੀਚੈਕਿੰਗ ਵਾਸਤੇ ਅਪਲਾਈ ਕਰ ਸਕਦੇ ਹੋ। ਇਹ ਫੋਰਮ ਤੁਸੀਂ ਆਪਣੇ ਮੋਬਾਈਲ 'ਤੇ ਵੀ ਫਿਲ ਕਰ ਸਕਦੇ ਹੋ, ਜਿਹੜਾ ਪ੍ਰੋਸੈਸ ਮੈਂ ਆਪਣੇ ਪੀਸੀ 'ਤੇ ਕਰ ਰਿਹਾ ਸੇਮ ਪ੍ਰੋਸੈਸ ਤੁਸੀਂ ਆਪਣੇ ਮੋਬਾਈਲ 'ਤੇ ਕਰ ਸਕਦੇ ਹੋ। ਓਕੇ ਦੋਸਤੋ, ਜੇ ਵੀਡੀਓ ਬੈਨੀਫਿਸ਼ਲ ਲੱਗਦੀ ਹੈ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ, ਤੁਹਾਡੇ ਸਪੋਰਟ ਦੀ ਬਹੁਤ ਜ਼ਰੂਰਤ ਹੈ। ਤਾਂ ਦੋਸਤੋ, ਸਭ ਤੋਂ ਪਹਿਲਾਂ ਤੁਹਾਨੂੰ ਇਸ ਆਫੀਸ਼ੀਅਲ ਵੈਬਸਾਈਟ ਦੇ ਪੇਜ ਉੱਪਰ ਆ ਜਾਣਾ, ਜਿਸਦਾ ਲਿੰਕ ਤੁਹਾਨੂੰ ਵੀਡੀਓ ਦੇ ਡਿਸਕ੍ਰਿਪਸ਼ਨ ਵਿੱਚ ਮਿਲ ਜੂ। ਔਨਲਾਈਨ ਫੋਰਮ ਰੀਚੈਕਿੰਗ ਰੀਵੈਲੂਏਸ਼ਨ ਅਤੇ ਜਿਹੜੀ ਡੇਟ ਐਕਸਪੈਂਡ ਕਰ ਦਿੱਤੀ ਗਈ ਹੈ 8 ਤਰੀਕ 2021 ਤੱਕ ਇਹ ਹੋ ਚੁੱਕੀ ਹੈ ਐਕਸਪੈਂਡ। ਅਤੇ ਇੱਥੇ ਰੀਵੈਲੂਏਸ਼ਨ ਦੀ ਫੀਸ ਇਹਨਾਂ ਨੇ 700 ਰੁਪਏ ਪ੍ਰਤੀ ਪੇਪਰ ਦੀ ਦੱਸੀ ਹੋਈ ਹੈ, ਅਤੇ ਜਿਹੜੀ ਜੇ ਤੁਸੀਂ ਫੋਟੋ ਕਾਪੀ ਲੈਣਾ ਚਾਹੁੰਦੇ ਹੋ ਪੇਪਰ ਦੀ, ਤਾਂ 2 ਰੁਪਏ ਪ੍ਰਤੀ ਪੰਨਾ ਤੁਹਾਨੂੰ ਫੋਟੋ ਕਾਪੀ ਪ੍ਰੋਵਾਈਡ ਕਰਾ ਦਿੱਤੀ ਜਾਵੇਗੀ। ਹੁਣ ਦੋਸਤੋ, ਗੱਲ ਕਰਦੇ ਤੁਸੀਂ ਮੋਬਾਈਲ 'ਤੇ ਇਹ ਅਪਲਾਈ ਕਿਵੇਂ ਕਰ ਸਕਦੇ ਹੋ ਰੀਵੈਲੂਏਸ਼ਨ ਵਾਸਤੇ। ਸਭ ਤੋਂ ਪਹਿਲਾਂ ਇਸ ਪੇਜ 'ਤੇ ਆਪਾਂ ਨੂੰ ਇੱਕ ਲਿੰਕ ਦਿਖੀ ਜਾਂਦਾ, ਨਿਊ ਯੂਜ਼ਰ ਕਲਿੱਕ ਹੇਅਰ ਟੂ ਰਜਿਸਟਰ 'ਤੇ ਆਪਾਂ ਕਲਿੱਕ ਕਰ ਲਾਂਗੇ। ਇਸ ਤੋਂ ਬਾਅਦ ਇਸ ਤਰ੍ਹਾਂ ਦਾ ਪੇਜ ਆਪਣੇ ਸਾਹਮਣੇ ਓਪਨ ਹੋ ਜਾਵੇਗਾ। ਜੇ ਤੁਸੀਂ ਰੀਚੈਕਿੰਗ ਵਾਸਤੇ ਕਰਨਾ ਚਾਹੁੰਦੇ ਹੋ ਤਾਂ ਇਹ ਪੂਰੀ ਹਦਾਇਤਾਂ ਦਿੱਤੀ ਹੋਈ ਹੈ ਕਿ ਇਹ ਆਪਾਂ ਕਰਨਾ ਹੈ, ਪੂਰੀ ਡਿਟੇਲ ਵਿੱਚ ਇੱਥੇ ਇਹਨਾਂ ਨੇ ਆਪਸ਼ਨ ਲਿਖੇ ਹੋਏ ਨੇ। ਅਤੇ ਜੇ ਰੀਵੈਲੂਏਸ਼ਨ ਭਰਨੀ ਹੈ ਤਾਂ ਆਪਾਂ ਇਸ PDF ਫਾਈਲ ਨੂੰ ਡਾਊਨਲੋਡ ਕਰਕੇ ਇੱਕ ਵਾਰੀ ਚੰਗੀ ਤਰ੍ਹਾਂ ਰੀਡ ਕਰ ਲਾਂਗੇ। ਕਰਨ ਤੋਂ ਬਾਅਦ ਇੱਥੇ ਆਪਾਂ ਟਿੱਕ ਮਾਰ ਲਗਾ ਕੇ ਨੀਚੇ ਆਈ ਐਗਰੀ 'ਤੇ, ਇਸ ਤੋਂ ਬਾਅਦ ਸਬਮਿਟ 'ਤੇ ਆਪਾਂ ਕਲਿੱਕ ਕਰ ਦਾਂਗੇ। ਇਸ ਤੋਂ ਬਾਅਦ ਦੋਸਤੋ, ਇਸ ਤਰ੍ਹਾਂ ਦਾ ਫੋਰਮ ਆਪਣੇ ਸਾਹਮਣੇ ਓਪਨ ਹੋ ਜਾਂਦਾ ਹੈ। ਹੁਣ ਕਰਨਾ ਕਿ ਅਕਤੂਬਰ 2020 'ਚ ਆਪਣਾ ਰਿਜ਼ਲਟ ਆਇਆ ਸੀ, ਇਸ ਤੋਂ ਬਾਅਦ ਨਿਚਲੇ ਆਪਸ਼ਨ ਵਿੱਚ ਆਪਾਂ ਜਿਹੜੀ ਆਪਣੀ ਕਲਾਸ ਮੈਟ੍ਰਿਕ ਜਾਂ 12ਵੀਂ ਕਲਾਸ ਆਪਣੀ ਸਿਲੈਕਟ ਕਰ ਲਾਂਗੇ। ਉਸ ਤੋਂ ਬਾਅਦ ਆਪਾਂ ਐਗਜ਼ਾਮ ਟਾਈਪ ਦੇ ਆਪਾਂ ਓਪਨ ਰੈਗੂਲਰ ਪ੍ਰਾਈਵੇਟ ਜਿਹੜੀ ਵੀ ਟਾਈਪ ਦੇ ਆਪਾਂ ਐਗਜ਼ਾਮ ਦਿੱਤੇ ਆ ਉਸ 'ਤੇ ਆਪਾਂ ਕਲਿੱਕ ਕਰ ਲਾਂਗੇ। ਅਤੇ ਆਪਣਾ 10ਵੀਂ ਦਾ ਜਾਂ 12ਵੀਂ ਦਾ ਰੋਲ ਨੰਬਰ ਇੱਥੇ ਪਾਉਣਾ ਹੈ, ਤਾਂ ਈਮੇਲ ਐਡਰੈਸ ਜ਼ਰੂਰੀ ਹੈ, ਇੱਕ ਮੋਬਾਈਲ ਨੰਬਰ ਫਿਲ ਕਰਨਾ ਹੈ। ਇਸ ਤੋਂ ਬਾਅਦ ਆਪਾਂ ਕੁਛ ਨਹੀਂ ਕਰਨਾ, ਰਜਿਸਟਰ 'ਤੇ ਆਪਾਂ ਕਲਿੱਕ ਕਰ ਦਾਂਗੇ, ਤੁਹਾਡਾ ਰੀਵੈਲੂਏਸ਼ਨ ਦਾ ਫੋਰਮ ਜਿਹੜਾ ਉਹ ਫਿਲ ਹੋ ਜਾਵੇਗਾ। ਇਸ ਤੋਂ ਬਾਅਦ ਇੱਕ ਫੀਸ ਦਾ ਪੇਮੈਂਟ ਆਉਂਦਾ, ਜਿਹੜਾ ਕਿ ਤੁਸੀਂ ਔਨਲਾਈਨ ਫੀਸ ਪੇਮੈਂਟ ਕਰ ਸਕਦੇ। ਜਾਂ ਤੁਸੀਂ ਆਪਣਾ ਵਟਸਐਪ ਨੰਬਰ ਵੀਡੀਓ ਵਿੱਚ ਕਮੈਂਟ ਕਰ ਦਿਓ, ਮੈਂ ਤੁਹਾਡੇ ਵਾਸਤੇ ਜਿਹੜਾ ਰੀਵੈਲੂਏਸ਼ਨ ਦਾ ਜਿਹੜਾ ਫੋਰਮ ਉਹ ਫਿਲ ਕਰ ਦਾਂਗਾ, ਅਤੇ ਜਿਹੜੀ ਬਣਦੀ ਫੀਸ ਆ ਤੁਸੀਂ ਉਹ ਮੈਨੂੰ ਬਾਏ ਪੇਟੀਐਮ ਸੈਂਡ ਕਰ ਦਿਓ। ਉਹ ਦੋਸਤੋ, ਮੈਂ ਤੁਹਾਡੀ ਇੰਨੀ ਹੈਲਪ ਕਰ ਸਕਦਾ, ਜੇ ਵੀਡੀਓ ਬੈਨੀਫਿਸ਼ਲ ਲੱਗਦੀ ਹੈ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰ ਲਓ, ਤੁਹਾਡੇ ਸਪੋਰਟ ਦੀ ਬਹੁਤ ਜ਼ਰੂਰਤ ਹੈ।